ਬਸ ਤੈਨੂੰ ਕਦੀ ਮੁਹੱਬਤ ਹੋਈ ਕਿਸੇ ਨਾਲ? ਤਾਜੀ ਮੁਹੱਬਤ ਮੈਨੂੰ ਚਾਰ ਤਿੰਨ ਚਾਰ ਦਫਾ ਮੁਹੱਬਤ ਹੋਈ ਤਾਜੀ, ਇਹਨੂੰ ਪਾਰ ਟਾਈਮ ਤੋਂ ਇਲਾਵਾ ਹਰ ਬੰਦੇ ਨਾਲ ਹੋ ਗਈ। ਨਹੀਂ ਹਰ ਬੰਦੇ ਨਾਲ ਨੀ, ਕੋਈ ਬੰਦੇ ਨਹੀਂ ਹੁੰਦੇ ਨਫ਼ਰਤ ਦੇ ਕਾਰਨ। ਨਹੀਂ ਮੁਹੱਬਤ, ਸੱਚੀ ਮੁਹੱਬਤ ਕਿਸੇ ਇੱਕ ਨਾਲ। ਤਾਜੀ ਚਾਰਾਂ ਦੇ ਨਾਲ ਹੀ ਸੱਚੀ ਸੀ ਆਪਣੇ ਵੱਲੋਂ, ਆਪਣੇ ਵੱਲੋਂ ਸੱਚੀ ਸੀ। ਅੱਛਾ ਵਾਰੀ ਵਾਰੀ ਹੋਈ ਜਾਂ ਇੱਕੋ ਟਾਈਮ ਚ ਚਾਰਾਂ ਨਾਲ? ਤਾਜੀ ਇੱਕ ਟਾਈਮ ਤੇ ਤਿੰਨਾਂ ਨਾਲ ਇਕੱਠੇ ਹੋਈ, ਇੱਕ ਦੀ ਲੈਣਾ ਹੋਈ ਤਾਜੀ, ਤੇ ਦੋ ਜਗ੍ਹਾ ਤੇ ਹੋਈ ਮੁਹੱਬਤ। ਅੱਛਾ ਤਿੰਨਾਂ ਨਾਲ ਇਕੱਠੀ ਇੱਕੋ ਟਾਈਮ ਤੇ ਸੱਚੀ ਹੋਈ? ਓਏ ਤਾਜੀ ਉਹ ਟਾਈਮ ਨੀ ਭੁੱਲਦਾ, ਇਕੱਠੀ ਇੱਕੋ ਟਾਈਮ ਤੇ ਤਿੰਨਾਂ ਨਾਲ। ਅੱਛਾ ਕਦੀ ਤੂੰ ਕਿਸੇ ਮੁਹੱਬਤ ਨਾਲ ਮਤਲਬ ਕਿਤੇ ਫਿਰਨ ਤੁਰਨ ਵੀ ਗਿਆ, ਜਿਵੇਂ ਲਾਈਕ ਕਹਿ ਲਾ ਵੀ ਤੈਨੂੰ ਯਾਦ ਹੋਵੇ? ਤਾਜੀ ਬੜੀ ਜਗ੍ਹਾ ਤੇ, ਬੜੀ ਜਗ੍ਹਾ ਤੇ ਮੈਂ ਕਲਰ ਕਾਰ, ਨਮਕ ਵਾਲੀ ਕਾਰ, ਉਸ ਤੋਂ ਬਾਅਦ ਮੈਂ ਜਗ੍ਹਾ ਤੇ ਤੁਸੀਂ, ਤੁਹਾਨੂੰ ਕਿਸੇ ਨਾਲ ਮੁਹੱਬਤ ਹੋਈ ਨੀ, ਮੈਨੂੰ ਹੋਈ ਇਹ ਜਗ੍ਹਾ ਤੇ। ਹਾਂਜੀ ਮੁਹੱਬਤ ਦਾ ਕੋਈ ਸਿਰ ਪਹਿਲੂ ਨੀ ਹੁੰਦਾ। ਹਾਂਜੀ ਮੁਹੱਬਤ ਹੋ ਜਾਂਦੀ ਆ। ਅੱਛਾ ਕੋਈ ਮਤਲਬ ਚਾਰਾਂ ਨਾਲ ਇਕੱਠੀ ਤੇ ਚਾਰਾਂ ਨਾਲ ਸੱਚੀ? ਹਾਂਜੀ ਤਿੰਨ ਤਿੰਨ ਵਾਲਾ ਗਰੁੱਪ ਲੈਦਾ ਸੀ, ਇੱਕ ਇਕੱਲੀ ਸੀ, ਇੱਕ ਲੈਣਾ ਸੀ, ਲੇਕਿਨ ਉਹ ਜਿਹੜਾ ਤਿੰਨ ਵਾਲਾ ਇਕੱਠਾ ਸੀ ਨਾ ਸਾਜੀ, ਉਹ ਜਦੋਂ ਹੋਇਆ ਨਾ ਲੈਦਾ, ਉਹ ਇਕੱਲਾ ਇਕੱਲਾ ਹੀ ਹੋਇਆ। ਅੱਛਾ ਚਾਰਾਂ ਚ ਕੋਈ ਇੱਕ ਐਸੀ ਜਿਹੜੀ ਤੂੰ ਕਹੇ ਸਾਜੀ ਇਹ ਸਭ ਤੋਂ ਫਾਈਨਲ ਸੀ? ਸਾਜੀ ਚਾਰਾਂ ਹੀ ਫਾਈਨਲ ਸੀ ਸਾਰੇ। ਸਾਜੀ ਆਪਾਂ ਮੁਹੱਬਤ ਕਰੀ ਦੀ ਫਾਈਨਲ ਵਾਲੀ ਸੀ। ਸ਼ਾਦੀ ਤੱਕ ਵੀ ਗੱਲ ਪਹੁੰਚੀ ਜਾਂ ਪੂਰੇ ਉਰੇ ਮੁੱਕ ਗਿਆ ਕੰਮ? ਤਾਜੀ ਚਾਰਾਂ ਨਾਲ ਹੀ ਪਹੁੰਚੀ, ਚਾਰਾਂ ਦੇ ਨਾਲ। ਪਹਿਲੀ ਕਹਿੰਦਾ ਇਕੱਠੀ ਤਿੰਨਾਂ ਨਾਲ ਹੋਈ ਆ। ਹਾਂਜੀ ਪਹਿਲੀ ਇਕੱਠੀ ਮੈਂ ਉਦੋਂ, ਮੈਂ ਮੋਮ ਹੋ ਗਿਆ, ਮੈਂ ਉਦੋਂ ਮਿੱਟੀ ਹੋ ਗਿਆ। ਅੱਛਾ ਲੜਾਈਆਂ ਲੜੂਈਆਂ ਵੀ ਹੁੰਦੀਆਂ ਹੋਣੀਆਂ ਵਿੱਚ ਹਲਕਾ ਫੁਲਕਾ, ਮਤਲਬ ਮੈਂ ਨਹੀਂ ਬੋਲਦੀ ਜੇ ਵੋ ਫਲਾਂ। ਅੱਛਾ ਫਿਰ ਬਣਿਆ ਕੀ ਮਤਲਬ ਫਿਰ ਉਸ ਤੋਂ ਬਾਅਦ ਬ੍ਰੇਕਅਪ ਤੇਰਾ ਪਹਿਲੇ, ਯਾਨੀ ਐਸਾ ਐਸਾ ਗਈਆਂ ਨਾ, ਪਹਿਲੇ ਕਿਹਦੇ ਨਾਲ ਬ੍ਰੇਕਅਪ ਹੋਇਆ? ਬ੍ਰੇਕਅਪ ਤਾਜੀ ਹੋਇਆ ਮੇਰਾ ਬ੍ਰੇਕਅਪ, ਲੇਕਿਨ ਮੇਰਾ ਚਾਰਾਂ ਦੇ ਨਾਲ ਹੀ ਇਕੱਠਾ ਹੀ ਹੋਇਆ, ਪੈਦਾ ਨਹੀਂ ਹੋਇਆ ਚਾਰਾਂ ਨਾਲ। ਮੇਰੇ ਹਿਸਾਬ ਦੇ ਨਾਲ ਤੇ ਉਹਨਾਂ ਨੂੰ ਨਹੀਂ ਪਤਾ, ਲੇਕਿਨ ਉਹਨਾਂ ਨੂੰ ਪਤਾ ਸੀ। ਮੈਂ ਕਹਿੰਦਾ ਸੀ ਨਹੀਂ ਪਤਾ, ਲੇਕਿਨ ਉਹਨਾਂ ਨੂੰ ਪਤਾ ਸੀ, ਉਹਨਾਂ ਨੂੰ ਪਤਾ ਸੀ। ਚਾਰਾਂ ਨੇ ਇਕੱਠਿਆਂ ਹੋ ਕੇ ਫਿਰ ਮੈਨੂੰ
ਉਹਨਾਂ ਨੇ ਚਾਰਾਂ ਨੇ ਇੱਕ ਦਿਨ ਮੈਨੂੰ ਮੁੰਡੇ ਪਵਾ ਤੇ ਟੁੱਟੀ ਉਧਰੋਂ ਮੁਹੱਬਤ ਉਧਰ ਪੈ ਗਈ, ਟੁੱਟੀ ਨੀ ਕਿਸੇ ਨਾਲ, ਸਿਲਸਿਲਾ ਟੁੱਟਿਆ ਚੁੱਕੀ ਉਧਰ, ਯਾਨੀ ਇਹ ਸਿਲਸਿਲਾ ਇਹ ਚਾਹਤ ਕਰਨਾ ਮੈਨੇ ਬੁਝਣੇ ਦੀ ਆ, ਬੁਝਣੇ ਦੀ ਚਾਰਾਂ ਦੇ ਨਾਲ ਇਕੱਠੇ ਹੀ ਤਾਜੀ, ਚਾਰੇ ਫਾਈਨਲ ਮੁਹੱਬਤਾਂ ਸੀ। ਨਹੀਂ ਕੋਈ ਈਦ ਸ਼ਬਰਾਤ ਗਿਫਟ ਗੁਫਟ ਉਹਨਾਂ ਨੂੰ ਤੂੰ ਦਿੱਤੇ ਵੀ ਕਦੀ? ਗਿਫਟ ਬੜੇ ਆਉਂਦੇ ਸੀ ਉਹਨਾਂ ਨੂੰ, ਆਉਂਦੇ ਸੀ ਉਹ ਮੈਨੂੰ ਦੇ ਦਿੰਦੇ ਸੀ ਚਾਰੇ ਚਾਰੇ ਮੁਹੱਬਤਾਂ ਦੇ, ਮੇਰੇ ਕੋਈ ਆਉਂਦੇ ਸੀ। ਅੱਛਾ ਉਹਨਾਂ ਨੂੰ ਕੌਣ ਭੇਜਦਾ ਸੀ? ਤਾਜੀ ਉਹਨਾਂ ਨਾਲ ਹੋਰ ਵੀ ਲੋਕੀ ਕਰਦੇ ਸੀ ਮੁਹੱਬਤਾਂ, ਉਹ ਕਿਹੜਾ ਮੇਰੀ ਇਕੱਲੀ ਮੁਹੱਬਤ ਉਹ ਲਾਈਨ ਵੀ ਪੈਂਦੀਆਂ ਹੋਣੀਆਂ ਵੀ ਦਿੱਤਾ, ਮੁਹੱਬਤਾਂ ਹੁੰਦੀਆਂ ਰਹਿੰਦੀਆਂ, ਇਹ ਕਿਹੜਾ ਮੁਹੱਬਤ ਇੱਕ ਜਗ੍ਹਾ ਤੇ ਹੀ ਵੱਡੀ ਆ। ਅੱਛਾ ਯਾਨੀ ਠੀਕ ਸੀ ਸਿਲਸਿਲਾ? ਹਾਂਜੀ ਮੈਨੂੰ ਦਿੰਦੀਆਂ ਸੀ, ਮੈਨੂੰ ਤੇ ਏਦਾਂ ਲੱਗਦਾ ਜਿੱਦਾਂ ਮੈਂ ਪਾਰਸਲ ਲਾਇਆ। ਇਹਨੇ ਤੇ ਚਾਰਾਂ ਦਾ ਸਪੈਲਿੰਗ ਇੱਥੇ ਲਿਖਾਇਆ ਏ ਡੈਸ਼ ਐਸ ਡੈਸ਼ ਕਿੰਨੇ। ਅੱਛਾ ਫਿਰ ਵਿਆਹ ਹੋ ਗਿਆ? ਹਾਂਜੀ ਉਹਨਾਂ ਦੇ। ਹਾਂਜੀ ਉਹਨਾਂ ਦਾ। ਤੂੰ ਕਿਸੇ ਨਾਲ ਕਿਉਂ ਨਹੀਂ ਕੀਤਾ ਵਿਆਹ? ਤਾਜੀ ਇੱਕ ਤਾਂ ਨਹੀਂ ਹੋਇਆ, ਮੈਨੂੰ ਲੱਗਦਾ ਨਹੀਂ ਹੋਇਆ। ਹਾਂਜੀ ਉਹ ਜਿਹੜੀ ਭੱਜੀ ਹੈ ਨਾ ਇਹ ਮੈਨੂੰ ਵੀ ਕਹਿੰਦੀ ਭੱਜ। ਹਾਂਜੀ ਮੈਨੂੰ ਕਿਉਂ ਨੀ ਭੱਜਿਆ? ਮੈਂ ਯਾਦ ਕੌਣ ਆਉਂਦੀ ਚਾਰਾਂ ਚੋਂ ਸਭ ਤੋਂ ਗੋਲਡਨ? ਮਲਟੀ ਸਵਾਲ ਤਾਜੀ ਤਾਜੀ ਮੈਨੂੰ ਚਾਰੇ ਯਾਦ ਆਉਂਦੇ, ਬਰਾਬਰ ਯਾਦ ਰਹਿੰਦੀਆਂ ਚਾਰੇ ਇੱਕ ਟਾਈਮ। ਮਾਮਾ ਤੇਰੀਆਂ ਕੀ ਉਹ ਮੁਹੱਬਤਾਂ ਸੀ ਕਿ ਔਲਾਦ ਸੀ ਵਿਚਾਰੇ ਤੇਰੇ? ਨਹੀਂ ਅੱਛਾ ਦੇਖੋ ਨਾ ਹੁਣ ਇਹਨੂੰ ਚਾਰ ਵਿਆਹ ਕਰ ਸਕਦਾ ਨਾ ਇਕੱਠੇ, ਤੇ ਜੇ ਅਗਰ ਚਾਰੇ ਇਕੱਠੇ ਹੀ ਤੇਰੇ ਨਾਲ ਕਰ ਲੈਂਦੀਆਂ ਚਾਰੇ ਹੀ, ਵੀ ਇੱਕੋ ਟਾਈਮ ਹੀ ਚਾਰ ਮੁਹੱਬਤਾਂ ਬੈਠੀਆਂ ਤੇ ਇੱਧਰ ਬਾਸ ਬੈਠਾ ਤੇ ਨਿਕਾਹ ਖਾਂ ਬੈਠਾ ਤੇ ਉਹ ਚਾਰਾਂ ਨੂੰ ਕਹਿ ਰਿਹਾ, ਇੱਧਰੋਂ ਤੈਨੂੰ ਪੁੱਛ ਰਿਹਾ ਵੀ ਹਾਂ ਵੀ ਫਲਾਣੀ ਕਬੂਲ ਆ, ਤੂੰ ਹਟਿਆ ਉਹਨੇ ਕਿਹਾ ਅੱਛਾ ਹੁਣ ਦੂਜੇ ਫਲਾਣੀ ਕਬੂਲ ਆ, ਅੱਛਾ ਫਲਾਣੀ ਵੀ ਕਬੂਲ ਆ, ਅੱਛਾ ਆਹ ਵੀ ਕਬੂਲ ਆ, ਉਧਰੋਂ ਚਾਰਾਂ ਨੂੰ ਪੁੱਛ ਰਿਹਾ ਵੀ ਬਾਸ ਕਬੂਲ ਆ ਬਾਸ ਕਬੂਲ ਆ ਬਾਸ ਕਬੂਲ ਆ ਬਾਸ ਕਬੂਲ ਆ, ਏਦਾਂ ਹੀ ਚਾਰ ਮਸਹਿਰੀਆਂ ਲੱਗੀਆਂ ਹੁਣ, ਮਸਹਿਰੀ ਨੰਬਰ ਇੱਕ ਮਸਹਿਰੀ ਨੰਬਰ ਦੋ ਟੱਪ ਟੱਪ ਕੇ ਜਾ ਰਿਹਾ ਮਸਹਿਰੀ ਨੰਬਰ ਇੱਕ, ਅੱਛਾ ਬਾਸ ਕਿੱਥੇ ਯਾਰ ਮੇਰਾ ਹਲੋ ਮਸਹਿਰੀ ਨੰਬਰ ਤਿੰਨ ਚ ਹੋਣਾ ਇਸ ਟਾਈਮ। ਚਾਰ ਰੂਮ ਮਤਲਬ? ਅੱਛਾ ਇੱਕੋ ਘਰ ਚ ਚਾਰੇ ਰੱਖ ਲੈਣ? ਹਾਂਜੀ ਤਾਜੀ ਡਬਲ ਸਟੋਰੀ ਤ੍ਰਿਪਲ ਸਟੋਰੀ ਮੈਂ ਰੱਖ ਲੈਣਾ। ਹਾਂ ਨਹੀਂ ਤ੍ਰਿਪਲ ਸਟੋਰੀ ਤੇ ਤਾਜੀ ਚਾਰੇ ਹਫਤਾਂ ਇੱਕ ਟਾਈਮ ਤੇ ਉਹ ਜੀ ਯਕੀਨ ਕਰੋ ਹੁਣ ਕਿੰਨਾ ਤੈਨੂੰ ਮਜ਼ਾ। ਅੱਛਾ ਉਹਨਾਂ ਨੂੰ ਤੂੰ ਖੁੱਲ ਡੁੱਲ ਦੇਣੀ ਸੀ, ਮਤਲਬ ਉਹਨਾਂ ਤੇ ਕੋਈ ਤੂੰ ਉਹ ਤੇ ਨਹੀਂ ਸੀ ਕਰਨਾ ਵੀ ਆਹ ਨਹੀਂ ਕਰਨਾ ਬੁਰਖਾ ਪਾ ਕੇ ਬਾਹਰ ਜਾਣਾ, ਪਾਬੰਦੀਆਂ ਤੇ ਨਹੀਂ ਸੀ? ਤਾਜੀ ਮੈਂ ਪਾਬੰਦੀਆਂ ਲਾਈਆਂ ਹੁੰਦੀਆਂ ਨਾ ਤੇ ਹੁਣ ਇੱਕ ਅੱਧੀ ਮੁਹੱਬਤ ਮੇਰੀ ਪੂਰੀ ਹੋਈ ਹੁਣ। ਮੈਂ ਅਸਲ ਚ ਨਾ ਛੂਟ ਦੇ ਤੀ ਉਹਨਾਂ ਨੂੰ ਖੁੱਲੀ। ਹਾਂਜੀ ਛੂਟ ਜਿੱਥੇ ਮਰਜ਼ੀ ਮੈਂ ਜਾਵਾਂ ਜੋ ਮਰਜ਼ੀ ਕਰਾਂ ਜੋ ਮਰਜ਼ੀ ਹੋਵੇ ਤੁਸੀਂ ਨੀ ਮੇਰੇ ਸਾਡੇ ਕੰਮ ਚ ਦਖਲ ਦੇ। ਅੱਛਾ ਇਹ ਉਹਨਾਂ ਚੋਂ ਇੱਕ ਨੇ ਕਿਹਾ? ਹਾਂਜੀ ਤੇ ਬਾਕੀ ਤਿੰਨ? ਬਾਕੀ ਤਿੰਨ ਵੀ ਸਾਜੇ ਉਹਨਾਂ ਦੇ ਨਾਲ ਹੀ। ਹਾਂਜੀ ਚਾਰਾਂ ਨੇ ਇੱਕ ਮੇਨ ਕੀਤੀ ਸੀ, ਹਾਂ ਉਹਨਾਂ ਚੋਂ ਇੱਕ ਸਜਾਦ ਜਾਨੀ ਸੀ। ਹਾਂਜੀ
ਉਹ ਛੁੱਟੀ ਮੰਗਦੀ ਸੀ ਜਾਂ ਕੋਈ ਨਾ ਕੋਈ ਗੱਲਬਾਤ ਉਹ ਚਾਰੇ ਹੀ ਉਹ ਛੁੱਟੀ ਤੋਂ ਮੇਰੇ ਕਾਰਖਾਨੇ ਛੁੱਟੀ ਕਿਹੜੀ ਮੰਗਦੀ ਸੀ ਛੁੱਟੀ ਮੰਗਦੀ ਸੀ ਤਾਜੀ ਮਫਤਾਂ ਤਾਜੀ ਜ਼ਿੰਦਗੀ ਚ ਨਾ ਦੋ ਕੰਮ ਲਾਜ਼ਮੀ ਕਰਨੇ ਚਾਹੀਦੇ ਕਿਹੜੇ ਤਾਜੀ ਇੱਕ ਨਾ ਟੇਕਨ 3 ਦਾ ਡਬਲ ਨਹੀਂ ਕਰਨੀ ਚਾਹੀਦੀ ਦੂਜਾ ਤਾਜੀ ਕਿਸੇ ਨੂੰ ਲਾਰਾ ਨਹੀਂ ਲਾਣਾ ਚਾਹੀਦਾ ਉਹ ਲਾਰੇ ਤੇ ਤਾਜੀ ਮੈਂ ਰਹਿ ਗਿਆ ਉਹਨਾਂ ਦੇ ਉਹ ਚਾਰੇ ਹੀ ਗਈਆਂ ਅੱਛਾ ਪੈਸੇ ਤੂੰ ਕਿੰਨੇ ਕੁ ਉਹਨਾਂ ਨੂੰ ਖਵਾਏ ਮਤਲਬ ਕਿੰਨਾ ਕੁ ਖਰਚਾ ਕੀਤਾ ਉਹਨਾਂ ਦੇ ਪੈਸੇ ਤੇ ਤਾਜੀ ਉਹ ਮੈਨੂੰ ਜੁਮੇ ਰਾਤ ਜੁਮੇ ਰਾਤ ਦਿੰਦੀਆਂ ਹੁੰਦੀਆਂ ਸੀ ਪੈਸੇ ਦੀ ਤਾਂ ਉਹਨਾਂ ਨੂੰ ਕੋਈ ਥੋੜ ਹੀ ਨਹੀਂ ਸੀ ਹਾਂਜੀ ਮੁਹੱਬਤ ਵੀ ਬੜੀ ਦਿੰਦੀ ਪੈਸੇ ਵੀ ਦਿੰਦੀ ਕਿਸੇ ਕੰਮ ਤੋਂ ਰੋਕਣਾ ਨੀ ਉਸ ਤੋਂ ਬਾਅਦ ਫਿਰ ਇਹਨੂੰ ਉਹਨਾਂ ਨੇ ਮੁਹੱਬਤ ਪੂਰੀ ਹੁੰਦੀ ਹਾਂਜੀ ਇੱਕ ਦਾ ਹੋਇਆ ਮੇਰੇ ਵੱਲੋਂ ਚਾੜਾਂ ਦਾ ਹੀ ਹੋਇਆ ਅੱਛਾ ਯਾਰ ਕਿਸ ਟਾਈਮ ਚਾਰੇ ਇਕੱਠੀਆਂ ਕਰਕੇ ਮੈਨੂੰ ਲੈ ਕੇ ਜਾਣਾ ਉਹ ਫੜੀਆਂ ਨਹੀਂ ਜਾਂਦੀਆਂ ਬਾਅਦ ਬੇਟਾ ਉਹ ਉੱਠਿਆ ਨਹੀਂ ਜਾਣਾ ਅੱਛਾ ਦੂਜੀ ਦਾ ਤਾਜੀ ਮੈਂ ਤਾਜੀ ਇੱਕ ਮੇਰਾ ਦੋਸਤ ਸੀ ਮੋਬਾਈਲ ਲੂਟ ਲੂਟ ਵਾਲਾ ਯੇ ਵੋ ਜਿਹਾ ਹਾਂ ਤਾਜੀ ਉਹਦਾ ਮੈਂ ਉਹਨੂੰ ਨੰਬਰ ਦੇ ਦਿੱਤਾ ਮੈਂ ਕਿਹਾ ਇਹ ਮੇਰੀ ਭਰਜਾਈ ਆ ਗਲਤੀ ਤੇ ਮੈਂ ਆਪਣੇ ਪੈਰਾਂ ਦੇ ਤੇ ਮੈਂ ਘੁਆਰਾ ਮਾਰਦਾ ਆਪਣੇ ਪੈਰਾਂ ਦੇ ਤੂੰ ਆਪੇ ਹੀ ਆਪਣੇ ਯਾਰ ਮਾਰ ਲੈ ਓਏ ਯਾਰ ਮਾਰ ਰਸਤਾ ਜੀ ਅੱਛਾ ਤੀਜੀ ਦਾ ਸਾਜੀ ਹੁਣ ਤੁਹਾਨੂੰ ਕੀ ਦੱਸਾਂ ਮੈਂ ਨਾ ਇੱਕ ਕੈਰੀ ਡੱਬੇ ਵਾਲਾ ਮੁੰਡਾ ਸੀ ਅੱਛਾ ਅੱਛਾ ਉਸਤਾਦ ਜੀ ਤੀਜੀ ਨਾ ਜਾਂਦੀ ਸੀ ਕਿਤੇ ਪੇਪਰ ਪੂਪਰ ਉਹ ਸੈਪਲੀਆਂ ਦੇ ਉਹ ਜਿਹੜੇ ਉਹਨਾਂ ਦੇ ਹਾਂਜੀ ਉਹ ਮੈਂ ਤਾ ਜੀ ਉਹਨੂੰ ਮੈਂ ਲਵਾ ਦਿੱਤਾ ਮੈਂ ਕਿਹਾ ਤੈਨੂੰ ਜਦੋਂ ਆ ਟੈਲੀਨਾਰ ਦੇ ਨੰਬਰ ਤੋਂ ਫੋਨ ਆਵੇ ਚੌਥੀ ਚੌਥੀ ਤਾਂ ਯਾਨੀ ਤੈਨੂੰ ਪਤਾ ਨੀ ਲੱਗਾ ਲੇਕਿਨ ਨਿਕਲਣਾ ਵੀ ਤੇਰਾ ਕੋਈ ਯਾਰ ਹੀ ਹੋਵੇ ਲੱਗ ਰਿਹਾ ਆ ਇਹ ਬਾਹਰ ਦੇ ਬੰਦੇ ਦਾ ਕੰਮ ਨਹੀਂ ਇਹ ਭੇਤੀ ਦਾ ਹੀ ਕੰਮ ਓਏ ਇੱਕ ਮੇਰਾ ਯਾਰ ਵੀ ਨਾ ਮਲੂਮ ਹੋਇਆ ਵਾ ਤਾਜੀ ਬਸ ਫਿਰ ਉਹਦਾ ਹੀ ਕੰਮ ਹਾਂਜੀ ਕਿੱਠੀ ਲੱਭਣੀ ਤਾਜੀ ਅਜੇ ਜਿਹੜੀ ਚੌਥੀ ਗਈ ਆ ਇਹ ਭੱਜਦੀ ਨਾ ਨਾ ਇਹਦੇ ਨਾਲ ਕਰ ਲੈਣਾ ਸੀ ਇਹਦੇ ਨਾਲ ਕਰ ਲੈਣਾ ਓਏ ਹੋਏ ਚੱਲ ਪਾਚ ਹੀ ਗਿਆ ਤੂੰ ਸਾਹ ਇਹ ਕਿਸਮਤ ਵੀ ਅੱਛਾ ਘੜ ਜਾਂਦੀ ਕਿਸੇ ਦਾ ਹਾਂ 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 ਜਦੋਂ ਉਹਨਾਂ ਦੇ ਹੁਣ ਬੱਚੇ ਬੁੱਚੇ ਵੀ ਹੋ ਗਏ ਹੁਣ ਜਿਨ੍ਹਾਂ ਦੇ ਵਿਆਹ ਹੋ ਗਏ ਹਾਂਜੀ ਤਾਂ ਉਹਨਾਂ ਦੇ ਮਾਸ਼ਾਅੱਲਾ ਤੇ ਉਹ ਯਾਰ ਜਿਹੜੇ ਸੀ ਹਾਲੇ ਵੀ ਮਿਲਦਾ ਉਹਨਾਂ ਨਾਲ
ਤਾਜੀ ਫਿਰ ਕਿੱਥੇ ਛੱਡੇ ਜਾਂਦੇ ਆ ਯਾਰ, ਉਹਨਾਂ ਨੂੰ ਮਿਲਦਾ ਵਾ ਕਦੇ, ਔਰਤਾਂ ਦੀ ਖਾਤਰ ਯਾਰ ਨਹੀਂ ਛੱਡਣੇ ਚਾਹੀਦੇ। ਹਾਂਜੀ ਤੇ ਉਹ ਤਾਜੀ ਉਹਨੂੰ ਮਿਲਦਾ ਉਹਨਾਂ ਕੋਲ ਜਾਣਾ, ਉਹ ਬੱਚੇ ਉਹਨਾਂ ਦੇ ਮਾਮੂ ਮਾਮੂ ਮੈਨੂੰ ਕਹੀ ਜਾਂਦੇ, ਮਾਮੂ ਬਾਸ ਆ ਗਏ, ਬਾਸ ਅੰਕਲ ਆ ਗਏ, ਬਾਸ ਮਾਮੂ ਆ ਗਏ। ਲੇਕਿਨ ਉਸ ਤੋਂ ਬਾਅਦ ਜ਼ਿੰਦਗੀ ਹਕੀਕਤ ਦਾ ਰੂਪ ਜਦੋਂ ਧਾਰਦੀ ਨਾ, ਅਸਲ ਉਹੀ ਆ ਹੁਣ ਇਸ ਟਾਈਮ ਜਿਹੜੀ ਜ਼ਿੰਦਗੀ ਨਾ ਇਹ ਹਕੀਕਤ ਆ, ਤੂੰ ਉਹਨਾਂ ਦਾ ਮਾਮੂ ਹੀ ਆ, ਚਾਚੂ ਆ, ਚਾਚੂ ਕਹਿ ਲਾ, ਮਾਮੂ ਕਹਿ ਲਾ, ਤੇਰੇ ਯਾਰ ਨੇ ਉਹ ਪਹਿਲੇ ਜਿਹੜੇ ਸੀ ਉਹ ਨਦਾਨੀ ਦੇ ਕੰਮ ਸੀ। ਚਲੋ ਅੱਛਾ, ਬਾਕੀ ਤਾਜੀ ਉਹ ਕਹੀ ਜਾਂਦੇ ਮਾਮੂ ਮਾਮੂ, ਮੈਂ ਵੀ ਕਿਤੇ ਕਿਤੇ ਮੁਹੱਬਤ ਪਾ ਲੈਣਾ ਆ ਤਾਜੀ, ਕਿਤੇ ਕਿਤੇ ਨਹੀਂ ਕਿਤੇ। ਹਾਂਜੀ ਹੁਣ ਪੰਜਵੀਂ ਦਾ ਕੋਈ ਉਹ ਨਹੀਂ, ਨਹੀਂ ਪੰਜਵੀਂ ਨਹੀਂ, ਉਹ ਚਾਰ ਤੇ ਪੈਕਅਪ ਹੋ ਗਿਆ ਨਾ, ਹੁਣ ਦੁਬਾਰਾ ਤੋਂ ਅਗਲਾ ਖੇਪ ਅਗਲੀ ਆਉਣੀ ਹੈ, ਹੁਣ ਇੱਕ ਤੋਂ ਫਿਰ ਦੁਬਾਰਾ। ਤਾਜੀ ਇਹ ਵੀ ਮੈਨੂੰ ਲੱਗਦਾ ਇਕੱਠਾ ਹੀ ਕੋਈ ਬੰਡਲ ਟੈਪ ਹੀ ਛੱਟਾ ਲੱਗਦਾ ਹੋਵੇਗਾ, ਬੰਡਲ ਟੈਪ। ਹਾਂਜੀ ਜ਼ਿੰਦਗੀ ਮੇਰਾ ਕੈਰੀਅਰ ਆ ਗਰੁੱਪ ਨੇ ਕੀਤਾ, ਜਿਹੜਾ ਚਾਰਾਂ ਦਾ ਗਰੁੱਪ। ਅੱਛਾ ਤੂੰ ਪਤਾ ਕੀ ਮੇਰਾ ਖਿਆਲ ਇਹ ਇਹਨੂੰ ਟੱਕਰਦੀ ਗਰੁੱਪ ਵਾਲੀਆਂ ਨੇ, ਸਾਰੀਆਂ ਇਕੱਠੀਆਂ ਨੇ, ਇੱਕ ਹੀ ਤੇ ਮੇਨ ਹੁੰਦੀ ਉਹਨਾਂ ਦੀ, ਇੱਕ ਹੀ ਤੇ ਮੇਨ ਉਹਨਾਂ ਦੀ ਯਾਦ ਜਾਂਦੀ ਹੁੰਦੀ। ਅੱਛਾ ਮੇਰੇ ਹਿਸਾਬ ਨਾਲ ਨਾ ਇਹਨੂੰ ਜਿਹੜੀਆਂ ਮਹੱਤਾਂ ਨੇ ਨਾ ਉਹ ਇਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਕਿ ਸਾਡਾ ਕੋਈ ਚਲੋ ਦੇਖਭਾਲ ਕਰ ਲਿਆ ਕਰੇ, ਕੋਈ ਇਧਰ ਉਧਰ ਹਿਸਾਬ, ਉਹ ਇਹਨੂੰ ਖਵਾਉਂਦੀਆਂ ਪਿਆਉਂਦੀਆਂ ਵੀ ਨੇ, ਲੇਕਿਨ ਇਹਨੂੰ ਬੇਵਕੂਫ ਨੂੰ ਨਹੀਂ ਸਮਝ ਆਉਂਦੀ। ਤਾਜੀ ਕੰਮ ਵੀ ਲੈਂਦੀਆਂ ਜੇ ਖਵਾਉਂਦੀਆਂ ਪਿਆਉਂਦੀਆਂ, ਵਖਿਆ ਥੋੜਾ ਵਾ। ਅੱਛਾ ਅੱਛਾ, ਕੱਪੜੇ ਧੁਆ ਲਏ, ਜੁੱਤੀਆਂ ਸਾਫ਼ ਕਰਾਈਆਂ, ਉੱਥੇ ਛੱਡਿਆ, ਉੱਥੋਂ ਲੈ ਆ, ਉਹ ਡਾਕਟਰ ਕੋਲੇ ਆਏ, ਉਹ ਉੱਧਰ ਸੇ ਮੈਡੀਸਨ, ਇਹ ਉਹ ਮੈਂ ਇਹਨਾਂ ਦੇ ਮੁਹੱਬਤ ਫਿਰ ਕਿਤੇ ਨਾ ਕਿਤੇ ਹੋ ਜਾਂਦੀ। ਹੁਣ ਇਹਨੂੰ ਅੱਲਾ ਕਰੇ ਕੋਈ ਨਜ਼ਰ ਆ ਜਾਏ ਐਸਾ ਕੁਛ, ਇਸ ਟਾਈਮ ਚੱਲ ਰਿਹਾ ਕਿਤੇ ਸਲਾਮ ਦੁਆ ਕਿਤੇ ਥੋੜੀ ਬਹੁਤ। ਹਾਂਜੀ ਚੱਲ ਰਹੀ, ਲੇਕਿਨ ਮੈਂ ਨਾ ਡਰਿਆ ਆ ਹੰਭਿਆ ਆ, ਕਿਉਂਕਿ ਪਹਿਲੇ ਮੈਨੂੰ ਹੱਥ ਫਿਰ ਗਿਆ ਮੁਹੱਬਤ। ਅੱਛਾ ਹੱਥ ਵੀ ਫਿਰ ਗਿਆ ਸੀ ਉਹ ਤਾਜੀ ਚਾਰ ਚਾਰ ਹੀ ਤੇ ਜਦੋਂ ਉਹ ਕਰ ਕੇ ਮੇਰੀ ਕੈਰੀਅਰ ਹੀ ਤਬਾਹ ਹੱਥ ਫਿਰ ਗਿਆ ਨਾ, ਕਹਿ ਕੇ ਮੈਨੂੰ ਹੱਥ ਫਿਰ ਗਏ ਹੱਥ ਫਿਰ ਗਿਆ। ਹਾਂ ਬਾਕੀ ਤਾਜੀ ਹੁਣ ਮੈਂ ਮੁਹੱਬਤ ਤੋਂ ਬੜਾ ਮੁਹਤਾ, ਕਿਉਂਕਿ ਹੁਣ ਮੁਹੱਬਤ ਮੁਹੱਬਤ ਹੀ ਉਹ ਹੁੰਦੀ ਜਿਹੜੀ ਇਕੱਲੀ ਹੋਵੇ। ਹਾਂ ਅਸਲ ਉਹ ਹੀ ਬਹੁਤੀ ਮੁਹੱਬਤ ਜਿਹੜੀ ਉਹ ਪਲਾਨ ਹੀ ਹੁੰਦਾ ਵਾ, ਮੁਹੱਬਤ ਨਹੀਂ ਹੁੰਦੀ ਤਾਜੀ। ਨਹੀਂ ਇੱਕ ਦੋ ਮੇਰੀਆਂ ਵੀ ਚੱਲਣ ਵਾਲੀਆਂ ਏਦਾਂ ਦੀਆਂ ਉੱਥੇ ਸੈੱਟ ਹੋਈਆਂ ਨੇ ਜਾ। ਅੱਛਾ ਜੀ ਹਾਂਜੀ, ਬਸ ਫਿਰ ਤਾਜੀ ਫਿਰ ਉਹਨਾਂ ਨੇ ਇਹਨੂੰ ਵੀ ਪਿੱਛੇ ਲਾ, ਇੱਕ ਦੋ ਹੋਣ ਦੀ ਕੋਸ਼ਿਸ਼ ਵੀ ਕਰ ਰਹੀਆਂ ਨੇ। ਤਾਜੀ ਇੱਦਾਂ ਹੀ ਆ ਬਸ, ਮੁਹੱਬਤਾਂ ਮੁਹੱਬਤਾਂ ਸੱਚੀਆਂ ਦਾ ਮਤਲਬ ਇਹ ਝੂਠਾ ਝੂਠੀ ਇਹ ਝੂਠੀਆਂ ਹੋ ਗਈਆਂ ਵਾ। ਸਾਨੂੰ ਵੀ ਕੋਈ ਗੁਰ ਤੇ ਯਾਰ ਕਿਵੇਂ ਗੁਰ ਭਰਾਵਾ, ਇਹ ਵਕਤ ਗੁਰ ਦਿੰਦਾ ਆ। ਲੈ ਤੂੰ ਆਪਣਾ ਥੋੜਾ ਜਿਹਾ ਜ਼ੇਹਨ ਬਦਲ ਲਾ, ਜਿੱਦਾਂ ਉਹਨਾਂ ਨੇ ਕਿਹਾ ਵਾ ਕਿ ਵੀ ਤੂੰ ਸਾਨੂੰ ਰੋਕਣਾ ਟੋਕਣਾ ਨਹੀਂ ਕਿਤੇ, ਤੂੰ ਵੀ ਮੰਨ ਲਾ ਤੇਰੇ ਤੈਨੂੰ ਵੀ ਆ ਜਾ।
ਸਾਜੀ ਵੈਸੇ ਨਾ ਯਾਰ ਏਦਾਂ ਦੀ ਮੁਹੱਬਤ ਤੇ ਮੁਹੱਬਤਾਂ ਲੱਭਦੀਆਂ ਫਿਰਦੀਆਂ ਨੇ। ਹਾਂਜੀ ਸਾਜੀ ਮੈਨੂੰ ਤੇ ਮਿਲਣ ਦੇ ਆ ਨਾ ਮੁਹੱਬਤਾਂ ਦਾ ਸੰਗ ਇਕੱਠਾ ਚਾਟ ਸਾਜੀ ਇਹਦਾ ਜਿੱਦਾਂ ਰੰਗ ਇਹਨੂੰ ਇਕੱਲੀ ਮਿਲ ਬੋਰਾ ਚੁੱਕ ਕੇ ਨਸੀ ਆਂਦੀ ਬੋਰਾ ਚੁੱਕ ਕੇ ਆਹੋ ਹਾਂਜੀ ਉਹ ਮੇਰੀ ਮੁਹੱਬਤ 5 ਵਜੇ ਨਸੀ ਨਿਕਲਦੀ ਹੈ ਉਹ ਨੀਂਦ ਪੂਰੀਆਂ ਕਰ ਉਹ ਜਿਹੜੀ ਤੇਰੇ ਨਾਲ ਕਬਾੜੀਏ ਦੀ ਦੁਕਾਨ ਤੇ ਬੈਠੀ ਰਹਿੰਦੀ ਸੀ ਮੋਟਰਸਾਈਕਲ ਹਾਂਜੀ ਉਹ ਵਾਪਸ ਹੀ ਲੈਣੀ ਉਹ ਉਹਨਾਂ ਨੇ ਲੈਣੀ ਸੀ ਚਲੋ ਇੱਥੇ ਜੀ ਬਾਬਾ ਕੀ ਮੁਹੱਬਤ ਕੀ ਸਟੋਰੀ ਜੀ ਦਾਦਰੇ ਚਲੋ ਅਸੀਂ ਜਾ ਰਹੇ ਸਾਂ ਲਾਹੌਰ ਤੇ ਸੀਗਾ ਚਲੋ ਤੁਹਾਨੂੰ ਸੁਣਾ ਦਈਏ ਥੋੜੀ ਜੀ ਦੁਖੀ ਸੀ ਵਿਚਾਰਾ ਅੱਲਾ ਖੈਰ ਕਰੇ ਉਹ ਜਿਹੜੀ ਮੈਨੂੰ ਗੱਡੀ ਦਿੱਤੀ ਸੀ ਉਹ ਗੱਡੀ ਬੜਾ ਸੋਹਣਾ ਮੇਰੇ ਯਾਰ ਨੂੰ ਦੇ ਦਿੱਤੀ ਉਹਨੂੰ ਮੈਂ ਕਹਿੰਦਾ ਸੀ ਮੈਨੂੰ ਲਾਹ ਕੇ ਯਾਰ ਪ੍ਰੋਡਕਟ ਦਿੰਦੀ ਸੀ ਮੈਨੂੰ ਗਿਫਟ ਜੇ ਗੱਡੀ ਦਿੱਤੀ ਆਈਫੋਨ ਉਸ ਤੋਂ ਬਾਅਦ ਇੱਕ ਦੋ ਚੀਜ਼ਾਂ ਹੋ ਤਾਜੀ ਬਾਅਦ ਚੋ ਜਿਹੜਾ ਮੈਨੂੰ ਨਹੀਂ ਨਹੀਂ ਆਈਫੋਨ ਨਹੀਂ ਸੀ ਉਹ ਖਲੋ ਕੇ ਕਹਿੰਦੀ ਸੀ ਮੈਂ ਆਈ ਆ ਫੋਨ ਪਾੜ ਆਈ ਫੋਨ ਤੇ ਸਾਜੀ ਆਂਦੀ ਸੀ ਮਸੂਮ ਆਦਮੀ ਯਾਰ ਇਹਦੇ ਨਾਲ ਕਿਹੜਾ ਹੋ ਜਾਂਦਾ ਅਸਲ ਦੇ ਵਿੱਚ ਗੱਲ ਇਹ ਆ ਹਾਂ ਤੇ ਲੇਕਿਨ ਬਸ ਤੂੰ ਹੁਣ ਉੱਥੇ ਹੀ ਵਿਆਹ ਕਰ ਜਿੱਥੇ ਤੇਰੇ ਘਰ ਤੇ ਕਹਿਣ ਤਾਜੀ ਘਰ ਤੇ ਘਰ ਦੇ ਤੇ ਕਹਿ ਨਹੀਂ ਰਹੇ ਘਰ ਦੇ ਜਿੱਥੇ ਕਹਿੰਦੇ ਆ ਤਾਜੀ ਉਹਦਾ ਹੋਇਆ ਆ ਇਹ ਘਰ ਦੇ ਕਹਿੰਦੇ ਆ ਜਿੱਥੇ ਉੱਥੇ ਉਹਦਾ ਹੋਇਆ ਤੇ ਘਰ ਦੇ ਪਾਗਲ ਉਹ ਤਾਂ ਕਹੀ ਜਾਂਦੇ ਤਾਜੀ ਘਰ ਦੇ ਨੂੰ ਹੁਣ ਮੈਂ ਕੀ ਦੱਸਾਂ ਚਲੋ ਜੀ ਚਲੋ ਖੈਰ ਅੱਲਾ ਖੈਰ ਕਰੇ ਕਰਦੇ ਕੁਦਰਤ ਹਿਸਾਬ ਲਾਉਂਦੇ ਆ ਬਾਕੀ ਨਾ ਤੁਸੀਂ ਮੁਹਤਾਤ ਹੋ ਕੇ ਰਹੋ ਅੱਜ ਕੱਲ ਮੁਹਤਾਤ ਦੇ ਗਰੁੱਪ ਫਿਰ ਰਹੇ ਆ ਮੁਹੱਬਤਾਂ ਐਵੇਂ ਬੰਦੇ ਨੂੰ ਮੁਹੱਬਤ ਨੀ ਸੀ ਉਹ ਮੇਰੇ ਦਾਦੇ ਅੱਬੂ ਦੇ ਉਸ ਤੋਂ ਵੀ ਪੁਰਾਣੇ ਟੀ ਆਰ ਪਏ ਮੈਂ ਮੁਹੱਬਤਾਂ ਦੀ ਖਾਤਰ ਵੇਚ ਕੇ ਇਹਨਾਂ ਨਾਲ ਕੱਟ ਰਹੇ ਇੱਧਰ ਉੱਧਰ ਓਕੇ ਜੀ ਚਲੋ ਜੀ ਓਕੇ